ਮਾਮਾ ਜੀ ਇਹਦੀ ਕਿੱਟੇ ਕਿੱਟਾ ਮਛਲੀ ਕਰਦੀ? ਦਸ ਰੁਪਏ ਪਰ ਪਰਸਨ। ਚਲੋ ਜੀ, ਇਹ ਯਹਾਂ ਕਾ ਬੜਾ ਫੇਮਸ ਹੈ ਬਈ, ਤੁਹਾਨੂੰ ਇੱਥੇ ਹਰ ਬੰਦਾ ਮਸਾਲਾ ਰਗੜਦਾ ਮਿਲ ਜੂਗਾ ਤੁਹਾਨੂੰ ਨੋਰਮਲ। ਹੈ ਹਰ ਬੰਦਾ ਉਹ ਗੱਡੀ ਚਲਾਉਂਦਾ ਮਲੀ ਜਾਂਦਾ ਆ, ਨਾਲੇ ਥੁੱਕੀ ਜਾਂਦੇ ਆ ਬਈ। ਇਹ ਜੇ ਕੋਈ ਤੁਹਾਡੇ ਇੱਥੋਂ ਪਟਨਾ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਕੋਈ ਦੇਖ ਰਿਹਾ ਜਾਂ ਇੱਧਰਲੇ ਬੰਦੇ ਨਾ ਯੂਪੀ ਵਾਲੇ ਵੀ, ਇਹ ਚੀਜ਼ਾਂ ਪਤਾ ਨਹੀਂ ਮਾਮਾ ਜੀ ਕਦੋਂ ਛੱਟਣੀਆਂ ਇਹਨਾਂ ਕੋਲੋਂ। ਚਲੋ ਜਿਹੜੀ ਚੀਜ਼ ਖਾ ਰਹੇ ਉਹ ਤਾਂ ਖਾ ਰਹੇ ਆ, ਜਿਹੜਾ ਫਿਰ ਥੁੱਕੀ ਜਾਂਦੇ ਥਾਂ ਥਾਂ ਉਹ ਬਹੁਤ ਗੰਦਾ ਕੰਮ ਆ ਬਈ। ਇਹਨਾਂ ਤੋਂ ਸਮੈਲ ਵੀ ਬਹੁਤ ਆਉਂਦੀ ਆ, ਪਤਾ ਨਹੀਂ ਹੁਣ ਕਈਆਂ ਨੂੰ ਬੁਰਾ ਵੀ ਲੱਗ ਸਕਦਾ ਆ, ਪਰ ਇਹ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ। ਹਾਂ ਮਾਮਾ ਜੀ ਉਹ ਲੱਗੇ, ਮਾਮਾ ਜੀ ਮੱਛੀ ਤੁਹਾਨੂੰ ਲੱਗੀ ਖਾਣ ਔਲ ਆ। ਇੱਥੋਂ ਅਕੁਆਰੀਅਮ ਦੀ ਸਟਾਰਟਿੰਗ ਆ, ਚਲੋ ਜੀ ਅਕੁਆਰੀਅਮ ਦੇਖੋ। ਇੱਦਾਂ ਕੁਛ ਸੈਟਅਪ ਬਣਾਇਆ ਹੋਇਆ, ਜਿੱਦਾਂ ਘਰ ਫਿਸ਼ ਟੈਂਕ ਹੁੰਦੇ ਸੇਮ ਉੱਦਾਂ ਬਣਾਇਆ ਹੋਇਆ, ਜਿੱਦਾਂ ਆਮ ਆਪਣੇ ਘਰਾਂ ਦੇ ਵਿੱਚ ਅਕੁਆਰੀਅਮਸ ਬਣਾਏ ਹੁੰਦੇ ਆ ਸੇਮ ਉੱਦਾਂ ਬਣਾਏ ਹੋਏ ਆ, ਅਤੇ ਉਹਨਾਂ ਵਿੱਚ ਫਿਰ ਫਿਸ਼ਿਜ਼ ਰੱਖੀਆਂ ਹੋਈਆਂ ਅਲੱਗ ਅਲੱਗ ਕਿਸਮ ਦੀਆਂ ਦੇਖੋ, ਅਤੇ ਉੱਪਰ ਕਿਸਮ ਦਾ ਨਾਮ ਲਿਖਿਆ ਹੋਇਆ। ਆਹ ਟਰਟਲ ਆਪਣੇ ਕੋਲ ਵੀ ਹੈਗਾ, ਇੱਥੇ ਤਾਂ ਕਿੰਨੇ ਛੱਡੇ ਹੋਏ ਆ ਛੋਟੇ ਛੋਟੇ, ਸੇਮ ਇਹਦੇ ਨਾਲ ਦਾ ਟਰਟਲ ਆਪਣੇ ਕੋਲ ਵੀ। ਹੈਲੋ ਹੈਲੋ, ਆਹ ਵਾਲੀਆਂ ਵੱਡੀਆਂ ਵੱਡੀਆਂ ਆ ਗਈਆਂ ਦੇਖੋ। ਅਲੱਗ ਅਲੱਗ ਕਿਸਮਾਂ ਸਾਰੀਆਂ। ਉਹ ਟਰਟਲ ਆਪਣੇ ਵਾਲੇ ਇਹ ਵੱਡੇ ਹੋ ਗਏ ਥੋੜ੍ਹੇ ਜਿਹੇ, ਜਿਹੜੇ ਪਿੱਛੇ ਦੇਖ ਕੇ ਆਏ ਉਹ ਛੋਟੇ ਸੀਗੇ, ਆਹ ਵੱਡੇ ਹੋ ਗਏ। ਬਸ ਇਹ ਸੀਗਾ ਜੀ ਫਿਸ਼ ਅਕੁਆਰੀਅਮ, ਛੋਟੇ ਛੋਟੇ ਅਕੁਆਰੀਅਮ ਬਣਾ ਕੇ ਵਿੱਚ ਛੋਟੀਆਂ ਛੋਟੀਆਂ ਫਿਸ਼ਿਜ਼, ਅਤੇ ਜਿਹੜੀਆਂ ਬੜੀਆਂ ਉਹਦਾ ਬਹੁਤ ਛੋਟੀ ਘੱਟ ਆ। ਡੈਡੀ ਜੀ ਹੁਣ ਚਲੇ ਗਏ ਅਤੇ ਆਪਾਂ ਕਰਨ ਲੱਗੇ ਜੀ ਹੁਣ ਬੋਟਿੰਗ। ਹਾਂ ਇੱਥੇ ਵੀ ਦੇਖ ਲਈਏ, ਨੌਕਾ ਵਿਹਾਰ ਦਰ 2 ਸੀਟਰ 80 ਰੁਪਈਏ ਅਤੇ 4 ਸੀਟਰ 100 ਰੁਪਈਏ, ਦੇਖਦੇ ਹਾਂ ਕੀ ਟਾਈਮਿੰਗ ਆ ਥੱਲੇ ਜਾ ਕੇ। ਬਈ ਠੰਡੀ ਠੰਡੀ ਹਵਾ ਚੱਲਦੀ ਵੀ, ਮਾਮਾ ਜੀ ਦੀ ਟੀ ਸ਼ਰਟ ਤੋਂ ਤੁਸੀਂ ਅੰਦਾਜ਼ਾ ਲਾ ਲਓ
ਮਾਮਾ ਜੀ ਮੂਹਰੇ ਬੈਠੇ, ਮਾਮਾ ਜੀ ਪਰੇ ਨੂੰ ਮੂੰਹ ਕਰਕੇ ਬਹਿ ਜਾਓ ਭਾਵੇਂ ਮੂਹਰ ਨੂੰ, ਇੱਥੇ ਬਹਿ ਜਾਓ ਗੱਬੇ। ਬਈ ਸਤਵੀਰ ਦੀ ਜਾਨ ਨਿਕਲੀ ਹੋਈ ਆ, ਸਤਵੀਰ ਦੀ ਜਾਨ ਨਿਕਲੀ ਹੋਈ ਆ ਵੀ ਮੈਂ ਕਿਹੜੀ ਕਿਹੜੀ ਹੁਣ ਸਟੀਅਰਿੰਗ ਮੈਂ ਫੜ ਲਿਆ ਆ। ਉੱਥੇ ਸਾਹਮਣੇ ਦੇਖੋ ਜੀ ਆ ਵਿੱਚ ਬੋਟ ਇੱਕ ਉੱਦੇ ਪਈ ਆ, ਪਹਿਲੇ ਹੀ ਡਰ ਜਾਂਦੀ ਆ ਉੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ, ਇੰਨਾ ਸੋਹਣਾ ਵੈਦਰ ਹੋ ਗਿਆ ਦੇਖੋ ਤੁਸੀਂ, ਵਾਹ ਜੀ ਵਾਹ। ਜੇ ਤੁਹਾਨੂੰ ਘੁੰਮਦੇ ਘੁਮਾਉਂਦੇ ਆ ਇੱਥੇ ਪਿਆਸ ਥਿਆ ਲੱਗਦੀ ਆ ਜਾਂ ਫਿਰ ਭੁੱਖ ਲੱਗਦੀ ਆ, ਇੱਥੇ ਕੰਟੀਨ ਦਾ ਵੀ ਪੂਰਾ ਪ੍ਰਬੰਧ ਆ ਜ਼ੂ ਦੇ ਵਿੱਚ। ਅਤੇ ਆਪਾਂ ਮਾਊਂਟਨ ਡਿਊ ਪੀਤੀ ਹੈ ਜੀ, ਹੈ ਮਾਮਾ ਜੀ ਡਰ ਕੇ ਆ ਕੇ ਜੀਤ ਹੈ, ਉੱਦਾਂ ਸਾਨੂੰ ਇਹ ਬੋਟਿੰਗ ਕਰਨ ਤੋਂ ਪਹਿਲਾਂ ਪੀਣੀ ਚਾਹੀਦੀ ਸੀਗੀ। ਹਾਂ ਅਤੇ ਬਾਕੀ ਆ ਕੰਟੀਨ ਹੈਗੀ ਆ, ਨਿਸ਼ਚਿੰਤ ਹੋ ਕੇ ਖਾਓ ਪੀਓ ਇੱਥੇ, ਘੁੰਮੋ ਜਿੰਨਾ ਮਰਜ਼ੀ। ਜੇ ਤੁਸੀਂ ਘੁੰਮਣ ਘੁੰਮ ਫਿਰ ਸਕਦੇ ਹੋ, ਤੁਹਾਡੇ ਕੋਲ ਟਾਈਮ ਖੁੱਲ੍ਹਾ ਆ, ਤਾਂ ਤੁਸੀਂ ਵਿਦਆਊਟ ਕਾਰਡ ਵੀ ਘੁੰਮ ਸਕਦੇ ਹਾਂ ਪੈਦਲ, ਜਿੰਨਾ ਜ਼ੂ ਆ ਸਾਰਾ ਤੁਸੀਂ ਪੈਦਲ ਤੁਰ ਕੇ ਵੀ ਦੇਖ ਸਕਦੇ ਹਾਂ। ਅਤੇ ਉਹਦੇ ਵਿੱਚ ਉਹੀ 30 ਰੁਪੀਸ ਦੀ ਟਿਕਟ ਆ ਜਿੱਦਾਂ ਬਾਕੀ ਬਾਕੀਆਂ ਦੀ ਨੋਰਮਲ ਆ, ਅਤੇ ਤੁਸੀਂ ਤੁਹਾਡੇ ਕੋਲ ਸਾਰਾ ਦਿਹਾੜੀ ਆ ਤੁਸੀਂ ਇੱਥੇ ਸਪੈਂਡ ਟਾਈਮ ਸਪੈਂਡ ਕਰ ਸਕਦੇ ਹਾਂ। ਕੋਈ ਉਹਦੇ ਵਿੱਚ ਟਾਈਮ ਲਿਮਿਟ ਤਾਂ ਨਹੀਂ ਹੈਗੀ? ਨਹੀਂ ਨਹੀਂ ਉਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈਗੀ ਜੀ। ਹਾਂ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤੁਸੀਂ ਜਿੰਨਾ ਮਰਜ਼ੀ ਘੁੰਮੋ ਫਿਰੋ। ਅਤੇ ਜੇ ਤੁਸੀਂ ਤੁਰ ਫਿਰ ਨਹੀਂ ਸਕਦੇ ਹੈਗੇ ਜਾਂ ਫਿਰ ਤੁਹਾਡੇ ਕੋਲ ਟਾਈਮ ਦੀ ਸ਼ੋਰਟੇਜ ਹੈਗੀ ਆ, ਫਿਰ ਤੁਸੀਂ ਆਉਣਾ ਇੱਥੇ ਫਿਰ ਕਾਰਟ ਲੈ ਲਓ ਇੱਥੇ ਆ ਕੇ, ਉਹ ਗੱਡੀ ਜਿਹੜੀ ਆਪਾਂ ਕੀਤੀ ਆ ਉਹ ਤੁਸੀਂ ਪਰਸਨਲੀ ਵੀ ਲੈ ਸਕਦੇ ਆ, ਉਹ ਤੁਸੀਂ ਆਪਣੇ ਜਿੱਦਾਂ ਬਾਕੀ ਸ਼ੇਅਰਿੰਗ ਦੇ ਵਿੱਚ ਵੀ ਲੈ ਸਕਦੇ ਆ। ਉਹਨਾਂ ਦਾ ਪ੍ਰਾਈਜ਼ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਸੀਗਾ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਤੁਰ ਸਕਦੇ ਆ ਤਾਂ ਪੈਦਲ ਘੁੰਮੋ, ਨਹੀਂ ਤੁਰ ਸਕਦੇ ਜਾਂ ਟਾਈਮ ਸ਼ੋਰਟੇਜ ਹੈਗੀ ਫਿਰ ਤੁਸੀਂ ਕਾਰਟ ਲੈ ਲਓ। ਸਾਹਮਣੇ ਜਹਾਜ਼ ਵੀ ਬਣਾਇਆ ਹੋਇਆ, ਇੱਥੇ ਤੁਹਾਨੂੰ ਪਰੇਸ਼ਾਨੀ ਨਹੀਂ ਆਊਗੀ, ਥਾਂ ਥਾਂ 'ਤੇ ਟੋਇਲਟਸ ਵੀ ਬਣੇ ਹੋਏ, ਇੱਥੇ ਟੋਇਲਟ ਆ ਥਾਂ ਥਾਂ ਬਣੇ ਹੋਏ ਆ, ਅਤੇ ਪਾਣੀ ਪੀਣ ਲਈ ਟੂਟੀਆਂ ਵੀ ਲੱਗੀਆਂ ਹੋਈਆਂ। ਅਤੇ ਆ ਤੁਸੀਂ ਟਰੈਕ ਦੇਖਦੇ ਮੈਂ ਆ ਵਾਲਾ, ਅਤੇ ਸਾਹਮਣੇ ਆ ਟ੍ਰੇਨ ਖੜ੍ਹੀ ਹੋਈ ਆ, ਮੈਨੂੰ ਲੱਗਦਾ ਵੀ ਸ਼ਾਇਦ ਪਹਿਲਾਂ ਜਦੋਂ ਇਲੈਕਟ੍ਰੀਕਲ ਕਾਰਸ ਆ ਨਹੀਂ ਆਈਆਂ ਹੋਣਗੀਆਂ ਅਤੇ ਉਦੋਂ ਆ ਜੇ ਟਰੈਕਸ ਦੇ ਥਰੂ ਇਵੇਂ ਪਿੱਛੇ ਬਿਠਾ ਕੇ ਡੱਬਾ ਇੱਕ ਜੋੜ ਕੇ ਅਤੇ ਫਿਰ ਘੁੰਮਾਉਂਦੇ ਹੋਣਗੇ ਜਿੰਨੇ ਵੀ ਇੱਥੇ ਟੂਰਿਸਟ ਆਉਂਦੇ ਹੋਣਗੇ। ਪੂਰਾ ਇੱਥੇ ਜੰਗਲ ਵਾਲੀ ਫੀਲ ਆਉਂਦੀ ਆ ਕੇ, ਉਹ ਦੇਖੋ ਸਾਹਮਣੇ ਟ੍ਰੇਨ ਖੜ੍ਹੀ ਆ ਅਤੇ ਆਹ ਟਰੈਕ ਜਾਂਦਾ ਪਿਆ। ਬਾਕੀ ਕੋਈ ਦਿੱਕਤ ਪਰੇਸ਼ਾਨੀ ਤਾਂ ਇੱਥੇ ਕੋਈ ਨਹੀਂ ਹੈਗੀ, ਬਸ ਇਹ ਆ ਵੀ ਆਪਣਾ ਟਾਈਮ ਸਿਰ ਆਓ ਇੱਥੇ, ਕਿਉਂਕਿ ਜਾਨਵਰ ਦਾ ਤਾਂ ਕੋਈ ਪਤਾ ਨਹੀਂ ਵੀ ਉਹਨੇ ਕਦੋਂ ਆਉਣਾ, ਬਸ ਇੱਕ ਅੰਦਾਜ਼ਾ ਹੀ ਆ ਵੀ ਸਵੇਰੇ ਸਵੇਰੇ ਮੌਸਮ ਵਧੀਆ ਹੁੰਦਾ ਅਤੇ ਸਵੇਰੇ ਸਵੇਰੇ ਦੇ ਹਿਸਾਬ ਨਾਲ ਉਹ ਬਾਹਰ ਨਿਕਲਣਾ ਪਸੰਦ ਕਰਦੇ ਹੋਣਗੇ। ਹੁਣ ਕਈ ਜਾਨਵਰ ਅੰਦਰ ਸੀਗੇ, ਅੱਛਾ ਬਰਡਸ ਵਗੈਰਾ ਵੀ ਹੈਗੇ ਇੱਥੇ, ਮੱਛੀਆਂ ਤੁਹਾਨੂੰ ਦਿਖਾ ਦਿੱਤੀਆਂ, ਸਫੈਦ ਮੋਰ ਆਹ ਦੇਖੋ ਜੀ
ਜੇ ਆਪਾਂ ਜ਼ਿਆਦਾ ਲਾਗੇ ਤੋਂ ਬਣਾਈਏ ਨਾ ਫਿਰ ਜਾਲੀਆਂ ਕਰਕੇ ਫੋਕਸ ਨਹੀਂ ਕਰਦਾ ਕੈਮਰਾ। ਵਾਈਟ ਕਲਰ ਦਾ ਪੀਕੌਕ ਆ ਜੀ, ਆਹ ਦੇਖੋ ਮੈਂ ਫਸਟ ਟਾਈਮ ਦੇਖਿਆ। ਦੂਜੇ ਮੋਰ ਤਾਂ ਸਾਡੀ ਛੱਤ ਤੇ ਰੋਜ਼ ਬੈਠੇ ਹੁੰਦੇ ਸਵੇਰੇ ਪਿੰਡਾਂ 'ਚ। ਤੁਹਾਡੇ ਹੈ ਮਾਮਾ ਜੀ ਪਿੰਡਾਂ ਦੇ ਵਿੱਚ ਮੋਰ? ਸਾਡੇ ਤਾਂ ਬਹੁਤ ਆ, ਸਾਡੇ ਵੀ ਹੈਗੇ ਆ। ਹਾਂ, ਵਾਈਟ ਕਲਰ ਦਾ ਮੋਰ ਮੈਂ ਵੀ ਪਹਿਲੀ ਵਾਰ ਦੇਖਿਆ ਬਈ। ਉਹ ਨੌਲੇਜ 'ਚ ਵੀ ਨਹੀਂ ਤਾਂ ਹੈ ਬਈ ਇਹ ਨਹੀਂ, ਇੱਦਾਂ ਮੈਨੂੰ ਪਤਾ ਵੀ ਹੁੰਦਾ ਵਾਈਟ ਕਲਰ ਦਾ ਪਰ ਦੇਖਿਆ ਨਹੀਂ ਕਦੀ। ਇਹ ਤਾਂ ਇਹਦੀ ਕਲਗੀ ਵੀ ਵਾਈਟ ਆ ਤੇ ਕੋਈ ਪੈਚ, ਬਿਲਕੁਲ ਪੈਚ ਹੈ ਨਹੀਂ ਇਹਦੇ ਉੱਤੇ। ਬਹੁਤ ਸੋਹਣਾ ਲੱਗਦਾ ਪਿਆ। ਇਹ ਵੀ ਦੇਖ ਲਓ ਪੈਦਲ, ਜੇ ਆਪਾਂ ਮਾਮਾ ਜੀ ਗੱਡੀ ਦੇ ਵਿੱਚ ਨਿਕਲ ਜਾਂਦੇ ਦਿਸਣਾ ਨਹੀਂ ਸੀਗਾ, ਇਹ ਫਾਇਦਾ ਹੋ ਗਿਆ ਆਪਾਂ ਨੂੰ ਵੋਟਿੰਗ ਕੀਤੀ ਦਾ। ਬੈਨੀਫਿਟ ਇਹ ਆ ਤੇ ਆਪਾਂ ਇਹ ਮੰਮੀ ਤੇ ਡੈਡੀ ਜੀ ਜਿਹੜੇ ਉਹ ਕਾਰਟ ਦੇ ਵਿੱਚ ਚਲੇ ਗਏ ਸੀ, ਉਹਨਾਂ ਨੇ ਵੋਟਿੰਗ ਨਹੀਂ ਕੀਤੀ, ਆਪਾਂ ਵੋਟਿੰਗ ਕਰਨ ਲੱਗ ਪਏ ਸੀਗੇ ਤੇ ਹੁਣ ਉੱਥੋਂ ਫਾਇਦਾ ਸਾਨੂੰ ਇਹ ਹੁੰਦਾ ਪਿਆ ਵਾਕਿੰਗ ਕਰਨ ਦਾ ਕਿ ਸਾਨੂੰ ਰਸਤੇ ਦੇ ਵਿੱਚ ਹੋਰ ਚੀਜ਼। ਉਹ ਸਾਹਮਣੇ ਮਾਮਾ ਜੀ ਦੂਜਾ, ਇਹ ਦੇਸੀ ਆ, ਦੇਖੋ ਬਣਾਈ ਮਾਮਾ ਜੀ ਚੀਜ਼ ਵਧੀਆ ਆ, ਕੇਅਰ ਵੀ ਕਰ ਰਹੇ। ਹਾਂ, ਕੇਅਰ ਵੀ ਕਰਦੇ ਪਏ ਆ। ਇਹ ਵੀ ਹੈ ਪੰਜਾਬ ਵਿੱਚ ਛੱਤ ਵੀੜ ਪਰ ਉਹ ਉਹਦੇ ਵਿੱਚ ਨਹੀਂ ਉਹਦੇ। ਹਾਂ, ਇਹ ਵੱਡਾ ਆ, ਇਹ ਵੱਡਾ ਉਹਦੇ ਨਾਲ। ਅਸੀਂ ਚੱਲਦੇ ਚੱਲਦੇ ਪੀਕੌਕ ਤੋਂ ਬਾਅਦ ਚਪੈਂਜੀ ਲੱਭਦੇ ਪਏ ਆ, ਮੈਨੂੰ ਦੂਰੋਂ ਦਿਸਿਆ, ਮੈਂ ਕਿਹਾ ਮਾਮਾ ਜੀ ਉਹ ਦੇਖੋ ਚਪੈਂਜੀ, ਪਰ ਇਹਦਾ ਕੂੜਾਦਾਨ ਬਣਾਇਆ ਹੋਇਆ। ਕੂੜਾਦਾਨ ਹੈ ਜੀ। ਹਾਂ, ਮਾਮਾ ਜੀ ਕੁਝ ਕਹਿੰਦੇ ਪਏ ਸੀਗੇ। ਆਪਾਂ ਇਹ ਕਹਿੰਦੇ ਸੀ ਬਈ ਜੇ ਤੁਹਾਡੇ ਕੋਲ ਟਾਈਮ ਹੈ ਨਾ ਜੇ ਥੋੜਾ, ਤਾਂ ਇਹਨੂੰ ਆਪਾਂ ਜਿਆਦਾ ਪੈਦਲ ਘੁੰਮ ਕੇ ਜਿਆਦਾ ਵਧੀਆ ਇੰਜੋਏ ਕਰ ਸਕਦੇ ਆ। ਪੈਦਲ ਦੇ ਵਿੱਚ ਕਈ ਕੁਝ ਦਿਖਦਾ। ਹਾਂ, ਪੈਦਲ ਵਿੱਚ ਜਿਆਦਾ ਵਧੀਆ ਆਪਾਂ ਨੂੰ ਐਨ ਆਪਣੀ ਮਨਮਰਜ਼ੀ ਦਾ ਦੇਖਦਾ। ਜਿੰਨਾ ਮਰਜ਼ੀ ਟਾਈਮ ਖੜ ਜਾਓ। ਹਾਂ, ਉਹ ਜਿਹੜੀ ਆਪਣੀ ਤੁਹਾਡੀ ਗੱਡੀ ਹੈ, ਗੱਡੀ ਵਾਲਾ ਤਾਂ ਬਸ ਜਲਦਬਾਜ਼ੀ 'ਚ ਲੱਗਦਾ। ਉਹ 1 ਘੰਟੇ ਦੇ ਵਿੱਚ ਉਹਨੇ ਕਵਰ ਕਰਕੇ ਦੱਸਣਾ। ਹਾਂ ਜੀ, ਚਪੈਂਜੀ ਵਾਲਾ ਆ ਗਿਆ ਮਾਮਾ ਜੀ, ਚੱਲਦੇ ਚੱਲਦੇ ਆ ਗਏ। ਆਖਿਰ ਕਰ ਚਪੈਂਜੀ ਮਿਲੇਗੀ ਜੀ। ਆ ਕੰਧ ਜਿਹੜੀ ਤੁਸੀਂ ਦੇਖਦੇ ਇਹਦੇ ਪਿੱਛੇ ਬੈਠਾ ਹੋਇਆ ਤੇ ਇਹਨੂੰ ਦੇਖਣ ਨੂੰ ਤਾਂ ਰਸ਼ ਹੈ ਬਹੁਤ ਆ, ਜਿੱਦਾਂ ਕੋਈ ਫੇਮਸ ਸੈਲੀਬ੍ਰਿਟੀ ਹੁੰਦੀ ਆ। ਆ ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗਏ ਆ ਗਏ ਬਾਬਾ ਜੀ, ਆ ਗਏ। ਗੁਰਸਿੱਖ ਕਪਲ ਚੈਨਲ ਆ ਯੂਟਿਊਬ ਉੱਤੇ, ਗੁਰਸਿੱਖ ਕਪਲ ਚੈਨਲ ਉੱਤੇ ਦੇਖ ਲਿਓ, ਆ ਜੂਗੀ ਥੋੜੇ ਦਿਨ। ਮਾਮਾ ਜੀ ਤੰਗ ਪੂਰੀ ਹੋਈ? ਹਾਂਜੀ ਹਾਂਜੀ, ਹੁਣ ਗੌਰ ਨਾਲ ਦੇਖ ਲਓ। ਲਓ ਜੀ, ਚਪੈਂਜੀ ਸਤਿ ਸ੍ਰੀ ਅਕਾਲ। ਮਾਮਾ ਜੀ ਉੱਪਰ ਵਾਲਾ ਦਾ ਮੈਨੂੰ ਉਹ ਹੈਗਾ ਹੈਗਾ ਹੈਗਾ, ਮੈਂ ਕਿਹਾ ਸੁੱਤ ਕਿੰਨੇ ਸੋਹਣੇ ਲੱਗਦੇ ਆ। ਲਓ ਜੀ ਚਪੈਂਜੀ ਦੇ ਦਰਸ਼ਨ ਕਰ ਲਓ ਤੁਸੀਂ। ਇੱਕ ਜਣਾ ਉੱਪਰ ਬਹਿ ਗਿਆ, ਇੱਕ ਜਣਾ ਥੱਲੇ। ਅੱਛਾ ਮਾਮਾ ਜੀ, ਚਪੈਂਜੀ ਨੂੰ ਦੇਖਣ ਨੂੰ ਤੁਸੀਂ ਰਸ਼ ਦੇਖੋ ਕਿੰਨਾ ਹੈ, ਜਿੱਦਾਂ ਕੋਈ ਤਗੜਾ ਸੈਲੀਬ੍ਰਿਟੀ ਆਇਆ ਹੁੰਦਾ। ਆ ਦੇਖੋ ਆਲੇ ਦੁਆਲੇ ਇਹ ਆਉਦੇ 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 ਆਉਦੇ। ਹਾਂ, ਇੱਕ ਦੂਜੇ ਦੀਆਂ ਜੂਆਂ ਕੱਢ ਕੱਢ ਖਾਣੀਆਂ ਇਹਨਾਂ ਨੇ ਹੁਣ। ਮਾਮਾ ਜੀ ਬੈਠਾ ਹੀ ਜਿੱਦਾਂ ਉਹਨੂੰ ਨਾ ਬਜੋਗ ਲੱਗਾ ਹੁੰਦਾ ਕੋਈ, ਏਦਾਂ ਬੈਠਾ। ਕਮਾਲ ਆਵੇ ਕਮਾਲ। ਅੱਛਾ, ਅਸੀਂ ਛਾਂ ਕਰਕੇ ਸ਼ਾਇਦ ਵਲੌਗ ਦੇ ਵਿੱਚ ਮਾਮਾ ਜੀ ਆਵੇ ਨਾ ਆਵੇ ਤੇ ਹੁਣ ਸਾਨੂੰ ਵੀ ਨਹੀਂ ਪਤਾ ਲੱਗਦਾ। ਇਹ ਉਹਨੂੰ ਆਵਾਜ਼ ਮਾਰਦਾ ਉਹ ਤੂੰ ਥੱਲੇ ਵਾਲਾ। ਮਾਮਾ ਜੀ ਉੱਪਰ ਵਾਲੇ ਦੇ ਮੂੰਹ ਤਾਂ ਦੇਖੋ ਕਿੱਦਾਂ ਦਾ। ਹਾਂ, ਕਿਤੇ ਉਹਦੇ ਉਹਦੇ ਕੀ ਕਰਦਾ। ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ, ਮੰਨਿਆ ਮਾਮਾ ਜੀ। ਉਹ ਤਾਂ ਪਰੇ ਨੂੰ ਚਲ ਗਿਆ। ਇੱਕ ਮੇਲ ਇੱਕ ਫੀਮੇਲ ਆ। ਉਤਰਿਆ ਉਤਰਿਆ ਥੱਲੇ ਆ ਜਾ
ਮੈਨੂੰ ਲੱਗਦਾ ਸਾਰਾ ਵਲੌਗ ਇਹਨੇ ਖਿੱਚ ਲੈਣਾ ਚਪੈਂਜੀ ਨੇ, ਇਹ ਥੱਲੇ ਨਹੀਂ ਉਤਰਦਾ ਪਿਆ ਉਧਰ ਚੱਲ ਕੇ ਦੇਖੀ। ਹਾਂ ਉਧਰੋਂ ਵੀ ਇੱਕ ਵਾਰ ਪਰੇ ਵਿਊ ਲੈਣੇ ਇਹਦਾ। ਲਓ ਜੀ ਉਤਰ ਗਿਆ ਥੱਲੇ। ਛਾਵੇਂ ਚੱਲਾਂ ਮਾਮਾ ਜੀ, ਮੈਨੂੰ ਲੱਗਦਾ ਉਧਰਲੀ ਸਾਈਡ ਦਾ ਘਰ ਹੋਊਗਾ। ਉਤਰ ਗਿਆ ਥੱਲੇ ਹੁਣ ਮਾਮਾ ਜੀ। ਸ਼ੇਰ ਖੜਾ ਉਤਰੀ, ਇਹ ਤਾਂ ਦੂਜਾ ਹੀ ਆ। ਇਹ ਤਾਂ ਭਾਈ ਬੁੱਤ ਲੱਗਾ ਆ। ਅੱਛਾ ਇਹ ਵੀ ਹੈਗਾ ਇੱਥੇ, ਆਹ ਵਾਲਾ ਏਰੀਆ ਇਹਦਾ ਹੀ ਆ, ਮੈਨੂੰ ਇਹੀ ਲੱਗਾ ਫਿਰ ਸ਼ਾਇਦ। ਮੈਂ ਕਿਹਾ ਸੱਚੀ ਖੜਾ, ਉਹ ਸਾਹਮਣੇ ਬੋਰਡ ਲੱਗਾ ਹੋਇਆ ਉੱਥੇ। ਮੈਂ ਤਾਂ ਵੀ ਇਹਨੂੰ ਸੱਚੀ ਮੰਨਿਆ, ਪਰ ਇਹ ਦੂਜਾ ਆ। ਮੈਨੂੰ ਲੱਗਦਾ ਵੀ ਜਿਹੜਾ ਅਸਲੀ ਵਾਲਾ ਆ ਉਹ ਅੰਦਰ ਕਿਤੇ ਲੁਕਿਆ ਹੋਇਆ। ਉਹ ਸਾਹਮਣੇ ਸਿੰਘ ਲਿਖਿਆ ਹੋਇਆ। ਮੈਂ ਕਿਹਾ, ਮੈਂ ਮਾਮਾ ਜੀ ਨੂੰ ਕਿਹਾ ਉਹਦੇ ਮੂਹਰੇ ਜਾਂ ਆਪਣਾ ਨਾਂ ਲਿਖ ਦਿਓ, ਜਾਂ ਮੇਰਾ ਲਿਖ ਦਿਓ, ਜਾਂ ਅਮਰਿੰਦਰ ਸਿੰਘ ਜਾਂ ਫਿਰ ਸੁਰਿੰਦਰ ਸਿੰਘ। ਮਾਮਾ ਜੀ ਫੋਟੋ ਹੀ ਲਾ ਦਿੰਦੇ ਆਪਾਂ ਇਹਨਾਂ ਦੀ। ਹਾਂ ਉਹ ਵੀ ਦਾੜੀ ਵਾਲਾ, ਅਸੀਂ ਵੀ ਦਾੜੀ ਵਾਲੇ ਸਿੰਘ। ਹਾਂਜੀ ਇੱਥੋਂ ਪਟਨਾ ਤੋਂ ਪਹਿਲਾਂ ਆਪਾਂ ਆਗਰੇ ਦੀ ਲੋਕੇਸ਼ਨ ਪਾਈ ਹੈ ਜੀ, 826 ਕਿਲੋਮੀਟਰ। ਜੇ ਨਾ ਰੁਕੀਏ ਤਾਂ ਐਗਜੈਕਟ ਦੱਸ ਰਹੀ ਆ ਵੀ 9:28 ਦੇ, ਮੀਨਸ 9:30 ਆਪਾਂ ਇੱਥੋਂ ਪਹੁੰਚਣਾ ਜੀ। ਪਰ ਆਪਾਂ ਨੂੰ ਕੋਈ ਕਾਹਲੀ ਨਹੀਂ, ਅੱਜ ਆਪਾਂ ਆਗਰੇ ਪਹੁੰਚ ਜਾਣਾ ਆ। ਪਰ ਥੋੜ੍ਹਾ ਬਹੁਤ ਲੇਟ ਵੀ ਹੋ ਸਕਦੇ ਬ੍ਰੇਕ ਮਾਰ ਕੇ ਵੀ, ਕਿਉਂ ਰਸਤੇ 'ਚ ਖਾਣਾ ਪੀਣਾ ਵੀ ਹੁੰਦਾ ਆ ਅਤੇ ਹੋਰ ਵੀ ਕੰਮ, ਕਈ ਵੇਲੇ ਸ਼ੋਪਿੰਗ ਖਰੀਦਦਾਰੀ ਆ, ਫਿਰ ਕਈ ਵੇਲੇ ਬਾਥਰੂਮ ਬੂਥਰੂਮ ਵੀ ਜਾਣਾ ਹੁੰਦਾ, ਸੋ ਉਹ ਟਾਈਮ ਜਿਹੜਾ ਆ ਉਹ ਵਿੱਚ ਐਕਸਟਰਾ ਹੁੰਦਾ। ਅਤੇ ਇੱਧਰ ਤੁਸੀਂ ਦੇਖ ਲਓ ਵੀ ਪ੍ਰਸ਼ਾਦੇ ਚੱਲ ਪਏ ਜੀ ਗੱਡੀ ਦੇ ਵਿੱਚ, ਪਿਛਲੀਆਂ ਸੰਗਤਾਂ ਵੀ ਪ੍ਰਸ਼ਾਦੇ ਛਕਦੀਆਂ। ਠੀਕ ਹੈ ਬਾਈ? ਹਾਂਜੀ ਹਾਂਜੀ ਹਾਂ। ਆਹ ਦੇਖੋ ਜੀ ਥਾਲ ਦੇ ਵਿੱਚ ਕੀ ਸਬਜ਼ੀ ਹੈ? ਆਲੂ ਜੀ, ਆਲੂ, ਆਲੂ ਫਰਾਈ ਕੀਤੇ ਵੇ। ਅੱਛਾ ਫਰਾਈ ਆਲੂ, ਹੋਰ ਪ੍ਰਸ਼ਾਦਾ ਨਾਲ ਗੰਢਾ। ਤੇ ਜੇ ਤੁਸੀਂ ਮੰਨ ਲਓ ਇਹ ਜਦੋਂ ਸੰਗਤਾਂ ਵਾਪਸ ਜਾਣੀਆਂ ਯਾਤਰਾ ਤੋਂ ਬਾਅਦ, ਤੇ ਫਿਰ ਗੁਰੂ ਘਰ ਵਾਲੇ ਡਰਾਈ ਸਬਜ਼ੀ ਇੱਦਾਂ ਫਿਰ ਪੈਕ ਕਰਕੇ ਦਿੰਦੇ ਆ ਨਾ। ਬਈ ਰਸਤੇ ਦੇ ਵਿੱਚ ਆਪਾਂ ਨੂੰ ਵਾਸ਼ਿੰਗ ਜਿਹੜਾ ਸਰਵਿਸ ਸਟੇਸ਼ਨ ਆ ਉਹ ਮਿਲਿਆ। ਅਤੇ ਆਹ ਦੇਖ ਲਓ ਤੁਸੀਂ ਗੱਡੀ ਦਾ ਇੱਕ ਵਾਰ ਹਾਲ, ਬਹੁਤ ਬੁਰਾ ਹਾਲ ਆ, ਬਹੁਤ ਜ਼ਿਆਦਾ ਬੁਰਾ ਹਾਲ ਆ ਇਹਦਾ। ਮੈਂ ਕਿਹਾ ਮਿੱਟੀ ਕਿਤੇ ਜੰਮ ਕੇ ਨਾ ਫਿਰ ਮੁੜ ਕੇ ਦਾਗ ਲੈਂਦੇ ਨਹੀਂ ਆ। ਅਤੇ ਮੈਂ ਫਿਰ ਪ੍ਰੋਗਰਾਮ ਬਣਾਇਆ ਵੀ ਜਾਂਦੇ ਜਾਂਦੇ ਪਹਿਲੇ ਹੀ ਮਿੱਥਿਆ ਹੋਇਆ ਸੀਗਾ ਵੀ ਕਿਤੇ ਵੀ ਵਧੀਆ ਜਿਹਾ ਸਰਵਿਸ ਸਟੇਸ਼ਨ ਦੇਖਿਆ ਅਤੇ ਫਿਰ ਆਪਾਂ ਪਾਣੀ ਮਰਵਾ ਲੈਣਾ। ਘਰ ਦੇ ਵਿੱਚ ਹੀ ਬੈਠੇ ਆ। ਸ਼ੈਂਪੂ ਵੀ ਆ ਨਾ ਆਪਣੇ ਪਾਸ? ਹਾਂ ਮਾਰ ਦਿਓ, ਜਲਦੀ ਜਲਦੀ ਮਾਰ ਦਿਓ ਜਿਤਨਾ ਜਲਦੀ ਹੋ ਸਕੇ, ਲੇਕਿਨ ਅੱਛੇ ਸੇ ਕਰਨਾ, ਬਹੁਤ ਕੰਮ ਖਰਾਬ ਆ ਇੱਦਾਂ। ਫਿਰ ਜਦੋਂ ਕੋਈ ਇੱਦਾਂ ਹੱਥ ਮਾਰ ਜਾਂਦਾ ਆ ਮਿੱਟੀ ਦੇ ਉੱਤੇ ਫਿਰ ਉਹ ਸਕਰੈਚ ਪੈ ਜਾਂਦੇ ਆ। ਬਈ ਜਿਹਦੇ ਕੋਲ ਰਸਤੇ 'ਚ ਪਹਿਲਾਂ ਤੋਂ ਆਈ ਸੀਗੀ ਨਾ ਉਹਨੇ ਤਾਂ ਧੋਤੀ ਘੱਟ ਖਰਾਬ ਹੋਰ ਜ਼ਿਆਦਾ ਕੀਤੀ ਸੀ। ਇਹਨਾਂ ਕੋਲ ਹੈਗਾ ਪੂਰਾ ਪ੍ਰਬੰਧ, ਆ ਦੇਖੋ ਸਨੋਅ ਪੈ ਰਹੀ ਹੈ ਇਸ ਵੇਲੇ। ਇਹ ਚੰਗੀ ਤਰ੍ਹਾਂ ਤਸੱਲੀ ਕਰਾਓ ਮੈਨੂੰ ਲੱਗਦਾ। ਮੈਨੂੰ ਬਿਲਕੁਲ ਇੱਦਾਂ ਦੀ ਉਹ ਨਹੀਂ ਸੀਗੀ ਵੀ ਇੱਦਾਂ ਦੇ ਏਰੀਏ ਦੇ ਵਿੱਚ ਇਹਨਾਂ ਕੋਲ ਇੱਦਾਂ ਦੀਆਂ ਮਸ਼ੀਨਸ ਹੋਣਗੀਆਂ, ਟੈਕਨੋਲੋਜੀ ਹੋ ਗਈ। ਡੈਡੀ ਜੀ ਪਾਸੇ ਦੁਖਦੇ ਉਹਦੇ 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 ਕਿੱਦਾਂ ਨੇਰ ਨਹੀਂ ਆਉਂਦੀ। ਹਾਂ ਡੈਡੀ ਜੀ ਉਹਨਾਂ, ਤੁਸੀਂ ਤਿੰਨੇ ਜਾਣੇ ਸਵੇਰ ਦੇ ਉੱਠੇ ਹੋ ਨਾ 2 ਵਜੇ ਦੇ। ਇਸ ਵੇਲੇ ਹੈਗੇ ਆ ਜੀ ਆਪਾਂ ਲਖਨਊ, ਇੱਥੋਂ ਰਹਿ ਗਿਆ ਤਕਰੀਬਨ 300 ਕਿਲੋਮੀਟਰ ਮਾਮਾ ਜੀ ਲਖਨਊ ਇੱਥੋਂ। ਹਾਂ 300 ਹੈਗਾ ਲਖਨਊ, ਉਹ ਤੋਂ 300 ਅੱਗੇ ਹੈਗਾ ਆਗਰਾ। ਹਾਂ ਮੋਸਟ ਪ੍ਰੋਬਬਲੀ ਯਾਨੀ 600 ਕਿਲੋਮੀਟਰ ਹੈ ਜੀ, ਬ੍ਰੇਕ ਲਈ ਹੈ ਟੀ ਬ੍ਰੇਕ। ਔਰ ਟਾਈਮ ਤੁਸੀਂ ਦੇਖ ਲਓ ਬਈ ਕਿੰਨੇ ਵੱਜ ਗਏ ਆ, ਇਹ 'ਚ ਨਹੀਂ ਆਉਂਦਾ ਪਿਆ, 3:03 ਹੋ ਗਏ।
ਇਹ ਰੋਡਸ ਦੇ ਉੱਤੇ ਨਾ ਰੈਸਟ ਏਰੀਆਜ਼ ਬਣੇ ਹੋਏ ਆ। ਜਿਹੜਾ ਸਾਹਮਣੇ ਤੁਸੀਂ ਹਾਈਵੇ ਦੇਖਦੇ ਪਏ ਆ, ਇਹਦਾ ਨਾਮ ਹੈਗਾ ਜੀ ਪੂਰਵਾਂਚਲ ਐਕਸਪ੍ਰੈਸਵੇ। ਇਹ ਆਪਣੇ ਪਟਨਾ ਤੋਂ ਜਾਊਗਾ ਲਖਨਊ ਨੂੰ, ਲਖਨਊ ਤੋਂ ਫਿਰ ਅੱਗੇ ਜਿਹੜਾ ਸਟਾਰਟ ਹੋਣਾ ਲਖਨਊ ਐਕਸਪ੍ਰੈਸਵੇ, ਉਹ ਆਗਰਾ ਨੂੰ ਜਾਊਗਾ ਦਿੱਲੀ, ਅਤੇ ਆਪਾਂ ਆਗਰਾ ਜਾ ਕੇ ਸਟੇਅ ਕਰਾਂਗੇ। ਔਰ ਰੈਸਟ ਏਰੀਆਜ਼ ਆ, ਮੈਂ ਤਾਂ ਕੱਪੜੇ ਕਢਾ ਲਏ ਆ, ਦਸਤਾਰ ਲਾ ਕੇ ਪਰਨਾ ਬਣਨਾ, ਕਿਉਂਕਿ ਇੱਥੋਂ 650 ਕਿਲੋਮੀਟਰ ਤਕਰੀਬਨ ਹੋਰ ਸਫ਼ਰ ਪਿਆ। ਅਤੇ ਫਿਰ ਥੋੜ੍ਹਾ ਥੋੜ੍ਹਾ ਵਲੌਗ ਆ ਜਿਹੜਾ ਉਹ ਬਣਾਵਾਂਗੇ ਆਪਾਂ ਰਸਤੇ ਦੇ ਵਿੱਚ, ਫਿਰ ਤੁਹਾਨੂੰ ਆਗਰੇ ਜਾ ਕੇ ਹੀ ਮਿਲਾਂਗੇ। ਲਓ ਜੀ ਟਾਈਮ ਚੈੱਕ ਕਰੋ ਤੁਸੀਂ, 9:12, ਅਤੇ ਯਹਾਂ ਸੇ ਆਗਰਾ ਕਿਤਨਾ ਰਹਿ ਗਿਆ, 230 ਕਿਲੋਮੀਟਰ ਆਗਰਾ, ਅਤੇ ਫਿਊਲਿੰਗ ਕਰਨੀ ਆ ਹੁਣ। ਇਹ ਆ ਗਿਆ ਯੂਪੀ, ਯੂਪੀ ਹੈ ਯਹਾਂ ਪਰ, ਔਰ ਤੇਲ ਕਿਤਨਾ ਹੈ, 94.94 ਯਾਨੀ 94.95 ਰੁਪਏ ਨੂੰ ਤੇਲ ਆ ਇੱਥੇ, ਪੈਟਰੋਲ ਹਾਂ ਉਹੀ ਪੰਜਾਬ ਵਾਲਾ ਰੇਟ ਆ, ਸੇਵੇਂ ਹੀ ਆ ਤਕਰੀਬਨ। ਆਪਾਂ 650 ਕਿਲੋਮੀਟਰ ਦਾ ਕੱਢਿਆ ਮਾਮਾ ਜੀ, 700 ਹੀ ਸ਼ਾਇਦ ਮੇ ਵੀ, ਦਿਖਾਈ ਦਿੰਦਾ ਤੁਹਾਨੂੰ ਇੱਕ ਵਾਰ, ਅਤੇ ਹੁਣ ਚੈੱਕ ਕਰਿਓ। ਲੋ ਫਿਊਲ, ਟੈਂਕੀ ਪੂਰੀ ਖਤਮ ਹੀ ਹੋ ਚੱਲੀ ਸੀਗੀ। ਓ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ। ਲਓ ਜੀ 616 ਕਿਲੋਮੀਟਰ ਕੰਪਲੀਟ ਕੀਤੇ ਇੱਥੇ ਤੱਕ, ਹਜੇ 270 ਹੋਰ ਪਿਆ, ਅਤੇ 230 ਕਿਲੋਮੀਟਰ ਕੰਪਲੀਟ ਕਰਕੇ ਫਿਰ ਆਪਾਂ ਆਗਰੇ ਪਹੁੰਚ ਜਾਵਾਂਗੇ, ਅਤੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ। ਮੈਨੂੰ ਲੱਗਦਾ ਵੀ ਇੱਥੇ ਵਲੌਗ ਨੂੰ ਹੁਣ ਆਪਾਂ ਨੂੰ ਐਂਡ ਕਰ ਦੇਣਾ ਚਾਹੀਦਾ ਆ। ਉਹ ਪਿਛਲੇ ਪਾਸੇ ਨਾ ਫੂਡ ਕੋਰਟ ਆ, ਉੱਥੇ ਖਾਵਾਂਗੇ ਪੀਵਾਂਗੇ, ਅਤੇ ਉਸ ਤੋਂ ਬਾਅਦ ਫਿਰ ਆਗਰੇ ਜਾ ਕੇ ਹੋਟਲ ਲੈ ਕੇ ਸੌਂ ਜਾਵਾਂਗੇ। ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਅੱਜ ਲਈ ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।